ਜਦੋਂ ਪੁਲਿਸ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਦੋ ਦੋਸ਼ੀਆਂ ਨੂੰ ਇੱਕ ਦੇਸੀ ਪਿਸਤੌਲ ਅਤੇ ਤਿੰਨ ਕਾਰਤੂਸ ਸਮੇਤ ਕਾਬੂ ਕੀਤਾ ਗਿਆ। ਡੀਐਸਪੀ ਬਲਜਿੰਦਰ ਸਿੰਘ ਸੰਧੂ ਨੇ ਪ੍ਰੈਸ ਵਾਰਤਾ ਕਰਦੇ ਹੋਏ ਕਿਹਾ ਕਿ ਜਦੋਂ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅਨਾਜ ਮੰਡੀ ਵਿੱਚ ਇੱਕ ਸ਼ੱਕੀ ਨੌਜਵਾਨ ਗਗਨਦੀਪ ਡੋਗਰ ਬਸਤੀ ਫਰੀਦਕੋਟ ਫਿਰ ਰਿਹਾ ਹੈ, ਜਿਸ ਨੂੰ ਤਲਾਸ਼ੀ ਲੈਣ ਤੇ ਉਕਤ ਨੌਜਵਾਨ ਕੋਲੋਂ ਇੱਕ ਨਜਾਇਜ਼ ਦੇਸੀ ਕੱਟਾ, 315 ਬੋਰ ਅਤੇ ਤਿੰਨ ਕਾਰਤੂਸ ਬਰਾਮਦ ਕੀਤੇ ਗਏ। ਸਾਨੂੰ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀ ਕਿ ਗਗਨਦੀਪ ਜਿਹੜਾ ਫਰੀਦਕੋਟ ਦਾ ਰਹਿਣ ਵਾਲਾ ਹੈ, ਇੱਥੇ ਜੈਤੋਂ ਅਨਾਜ ਮੰਡੀ ਦੇ ਵਿੱਚ ਉਹ ਜਿਹੜਾ ਘੁੰਮ ਰਿਹਾ ਹੈਗਾ ਅਤੇ ਉਹਦੇ ਕੋਲ ਇੱਕ ਜਿਹੜਾ ਦੇਸੀ ਕੱਟਾ ਹੈਗਾ ਆ। ਇਨਫੋਰਮੇਸ਼ਨ ਦੇ ਆਧਾਰ 'ਤੇ ਉਹਨੂੰ ਰੋਕ ਕੇ ਜਦੋਂ ਸਰਚ ਕੀਤੀ ਗਈ ਤਾਂ ਉਹਦੇ ਕੋਲੋਂ ਇੱਕ ਸਾਨੂੰ 315 ਬੋਰ ਦਾ ਰਿਵੋਲਵਰ ਬਰਾਮਦ ਹੋਇਆ, ਜਿਹੜਾ ਕਿ ਹੋਮ ਮੇਡ ਹੈ, ਦੇਸੀ ਕੱਟਾ ਹੈ ਜੀ। ਇਹਦੇ ਨਾਲ ਤਿੰਨ ਕਾਰਤੂਸ ਵੀ ਬਰਾਮਦ ਹੋਏ ਨੇ। ਪੁੱਛ ਕੀਤੇ ਉਹਨੇ ਦੱਸਿਆ ਕਿ ਉਹਨੇ ਜਿਹੜੀ ਇਹ ਰਿਵੋਲਵਰ ਹੈਗੀ ਹੈ ਅਜੇ ਕੁਮਾਰ ਜਿਹੜਾ ਕਿ ਫਰੀਦਕੋਟ ਦਾ ਵਾਸੀ ਹੈ ਉਸ ਤੋਂ ਜਿਹੜੀ ਹੈਗੀ ਪਰਚੇਜ਼ ਕੀਤੀ ਹੈ ਅਤੇ ਅਸੀਂ ਅਜੇ ਕੁਮਾਰ ਨੂੰ ਵੀ ਜਿਹੜਾ ਹੈਗਾ ਅਰੈਸਟ ਕਰ ਲਿਆ। ਜੈਤੋਂ ਤੋਂ ਵਿਪਨ ਗੋਇਲ ਦੀ ਰਿਪੋਰਟ, ਚੈਨਲ 2।